की सुझाव देना चाहोगे दर्शकों? दर्शकों का कुछ नहीं, सरकार नू अभी सेंटर नेड़े बनाया जाएगा। ठीक है। फ्रेंड्स, स्वामी विवेकानंद इंस्टीट्यूट ऑफ इंजीनियरिंग एंड टेक्नोलॉजी आप पहुंच चुके हैं। तो बाहर का हाल तुम देख सकते हो। तो सामने रिसेप्शन है, अगर कोई दिक्कत आ रही है तुहानू तां लाइनज लगी हुई ने, लाइनज के लगना एडमिट कार्ड लैके। बाकी दी वीडियो तुहानू आके दिखाने हैं। हाँ जी फ्रेंड्स, अज आप खड़े हैं जी सेंटर नंबर 288 स्वामी विवेकानंद इंस्टीट्यूट ग्रुप ऑफ कॉलेजिस्ट। तो पटवारी का पेपर खत्म हो चुके जी, आप पुछते हैं पेपर किस तरह होया। हाँ जी, पेपर बहुत वधिया होया जी, बहुत औखा सीगा, मैं थोड़ा जिहा टफ सीगा। अच्छा जी, इस हिसाब नाल मैरिट लिस्ट मेरे हिसाब नाल काफी हाई आऊगी। ठीक है, तो केड़ा पार्ट औखा लग्या? पेपर ईजी सी, टफ सी जां मॉडरेट सीगा? बहुत ईजी सीगा, बहुत ईजी सी, जिन्हां ने प्रिपेरेशन करी आ गए नौकरी लै जाणगे। ਕਿਹੜਾ ਪਾਰਟ ਸੌਖਾ ਸੀਗਾ ਪੇਪਰ? ਸਾਰੀ ਸੌਖਾ ਸੀ, ਜਿਹਨੇ ਪੜਿਆ ਉਹਦੇ ਲਈ ਸੌਖੀ ਸੌਖਾ ਸੀ। ਅੱਛਾ, ਹਾਂ ਜੀ। ਕਿਹੜਾ ਪੋਰਸ਼ਨ ਸਭ ਤੋਂ ਸੌਖਾ ਲੱਗਿਆ ਤੇ ਕਿਹੜਾ ਪੋਰਸ਼ਨ ਸਭ ਤੋਂ ਟਫ ਲੱਗਿਆ? ਸਾਰੀ ਸੌਖਾ ਸੀ ਓਵਰਆਲ। ਮੈਥ ਕਿਸ ਤਰ੍ਹਾਂ ਦਾ ਸੀਗਾ? ਸੌਖਾ ਹੀ ਸੀ, ਮੈਥ ਆਈ ਨਹੀਂ ਸੀ। ਅੱਛਾ, ਤੇ ਸਭ ਤੋਂ ਵਧੀਆ ਪੋਰਸ਼ਨ ਕਿਹੜਾ ਲੱਗਿਆ ਪਾਰਟ? ਸਾਰੇ ਪਾਰਟ ਹੀ ਸੌਖਾ। ਪੰਜਾਬੀ ਦਾ? ਪੰਜਾਬੀ ਦਾ ਤੇ ਕੰਪਿਊਟਰ ਦਾ ਪਾਰਟ? ਕੰਪਿਊਟਰ ਉਸ ਤੋਂ ਵੀ ਸੌਖਾ ਸੌਖਾ ਸੀਗਾ, ਕੁੱਲ ਮਿਲਾ ਕੇ ਪੇਪਰ ਈਜ਼ੀ ਸੀ। ਅੱਛਾ ਜੀ, ਬਾਕੀ ਹੋਰ ਕਾਫੀ ਕੈਂਡੀਡੇਟਸ ਨੇਗੇ, ਇੱਥੇ ਆਪਾਂ ਗੱਲਬਾਤ ਕਰਦੇ ਆ। ਹਾਂਜੀ ਹਰਪ੍ਰੀਤ ਜੀ, ਪਟਵਾਰੀ ਦਾ ਪੇਪਰ ਦੇ ਕੇ ਆਏ ਹੋ, ਕਿਸ ਤਰ੍ਹਾਂ ਦਾ ਲੱਗਿਆ ਪੇਪਰ? ਈਜ਼ੀ ਸੀ, ਮੋਡਰੇਟ ਸੀ ਜਾਂ ਟਫ ਸੀਗਾ? ਠੀਕ ਹੀ ਸੀਗਾ, ਇੰਨਾ ਆਪਾਂ ਟਫ ਵੀ ਨਹੀਂ ਕਿਹਾ ਸੀ। ਅੱਛਾ, ਕੱਲਾ ਮੈਥ ਮਾੜਾ ਜਿਹਾ ਹੋਊ। ਕਿਹੜਾ ਪੋਰਸ਼ਨ ਸਭ ਤੋਂ ਵਧੀਆ ਲੱਗਿਆ? ਟ੍ਰੇਨਿੰਗ। ਤੇ ਸਭ ਤੋਂ ਔਖਾ? ਮੈਥ। ਕੀ ਕਹਿਣਾ ਚਾਹੋਗੇ ਪੇਪਰ ਬਾਰੇ, ਸਾਰੇ ਬਾਰੇ? ਪੇਪਰ ਠੀਕ ਸੀਗਾ, ਕੁੱਲ ਮਿਲਾ ਕੇ ਠੀਕ ਸੀਗਾ। ਤੇ ਆਉਣ ਲੱਗਿਆ ਕੋਈ ਪਰੇਸ਼ਾਨੀ ਵਗੈਰਾ? ਪਰੇਸ਼ਾਨੀ ਬਹੁਤ ਹੋਈ ਜੀ, ਸੀਟੀ ਮੇਰੀ ਖੜ ਕੇ ਆਏ ਆ, ਬਸੇ ਉੱਤੇ ਬਹਿ ਕੇ ਆਏ। ਠੀਕ ਹੈ, ਉੱਪਰ ਬੈਠ ਕੇ ਆਏ ਹੋ, ਤੇ ਕੀ ਸੁਝਾਅ ਦੇਣਾ ਚਾਹੋਗੇ ਦਰਸ਼ਕਾਂ ਨੂੰ? ਦਰਸ਼ਕਾਂ ਦਾ ਪੁੱਛਿਆ ਨੀ, ਸਰਕਾਰ ਨੂੰ ਅਭੀ ਸੈਂਟਰ ਨੇੜੇ ਬਣਾਇਆ ਜਾਏਗਾ। ਠੀਕ ਹੈ, ਜ਼ਿਆਦਾ ਦੂਰ ਸੈਂਟਰ ਨਾ ਬਣਾਏ ਜਾਣ। ਤੇ ਆਉਣ ਜਾਣ ਦੀ ਬਹੁਤ ਦਿੱਕਤ ਆਉਂਦੀ ਹੈ। ਅੱਛਾ ਜੀ, ਹਾਂਜੀ, ਤੁਸੀਂ ਠੀਕ ਸੀਗਾ ਜੀ ਪੇਪਰ? ਅੱਛਾ, ਵਧੀਆ ਲੱਗਿਆ ਲੈਵਲ। ਇੱਕ ਦੋ ਕੁਐਸਚਨ ਦੱਸੋਗੇ, ਕਿਹੜੇ ਸੀਗੇ ਸੌਖੇ ਲੱਗੇ? ਜਿਹੜੇ ਓਕੇ ਪੰਜਾਬੀ ਦੇ ਕੁਐਸਚਨ ਸੌਖੇ ਸੀਗੇ ਜੀ। ਹਾਂਜੀ, ਜਿਵੇਂ ਸਕਿੰਗ ਫੁੱਲ ਬਾਰੇ ਪੁੱਛਿਆ ਗਿਆ ਸੀਗਾ। ਠੀਕ ਹੈ ਠੀਕ ਹੈ, ਜੀਕੇ ਵੀ ਸੌਖੀ। ਠੀਕ ਹੈ, ਕੋਈ ਜਿਹੜਾ ਸਭ ਤੋਂ ਵਧੀਆ ਪਾਰਟ ਕਿਹੜਾ ਲੱਗਿਆ ਪੇਪਰ ਦਾ? ਜੀਕੇ ਤੇ ਪੰਜਾਬੀ ਸਭ ਤੋਂ ਵਧੀਆ। ਜੀਕੇ ਤੇ ਪੰਜਾਬੀ, ਤੇ ਸਭ ਤੋਂ ਔਖਾ ਪਾਰਟ? ਸਭ ਤੋਂ ਔਖਾ ਮੈਥ। ਮੈਥ ਸਾਰੇ ਕਹਿ ਰਹੇ ਡਿਫੀਕਲਟ ਆਇਆ ਸੀਗਾ, ਬਾਕੀ ਡਿਫੀਕਲਟ ਸੀਗਾ? ਬਾਕੀ ਡਿਫੀਕਲਟ। ਅੱਛਾ ਜੀ, ਕਰਦੇ ਆ ਸਾਰੇ ਆਪਣਾ ਉਧਰੇ ਏਰੀਆ ਦੇ ਮਾਸਟਰ ਏਰੀਆ ਦੇ। ਬਾਕੀ ਹਾਂ, ਕੀ ਹਾਲ ਹੈ? ਵਧੀਆ ਜੀ, ਵਧੀਆ। ਹਾਂਜੀ, ਕਿਸ ਤਰ੍ਹਾਂ ਹੋਇਆ ਪੇਪਰ ਤੁਹਾਡਾ? ਪੇਪਰ ਬਹੁਤ ਵਧੀਆ ਹੋਇਆ ਸੀ। ਕਿਹੜਾ ਪਾਰਟ ਸੌਖਾ ਸੀਗਾ? ਪਾਰਟ ਕੰਪਿਊਟਰ ਦਾ ਸੌਖਾ ਸੀਗਾ। ਹਾਂਜੀ, ਤੇ ਪੰਜਾਬ ਜੀਕੇ ਠੀਕ ਹੈ, ਜੀਕੇ ਠੀਕ ਸੀ। ਪੇਪਰ ਦਾ ਲੈਵਲ ਕਿਹੋ ਜਿਹਾ ਸੀਗਾ? ਈਜ਼ੀ ਸੀ, ਟਫ ਸੀ ਜਾਂ ਮੋਡਰੇਟ? ਮੈਥ ਬਹੁਤ ਜ਼ਿਆਦਾ। ਮੈਥ ਟਫ ਸੀਗਾ, ਤੇ ਆਉਣ ਲੱਗਿਆ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਆਉਣ ਲੱਗਿਆ ਦਿੱਕਤਾਂ ਵਗੈਰਾ ਕੁਛ? ਵੈਸੇ ਜ਼ਿਆਦਾ ਦੂਰ ਜਿਹੜਾ ਲਾਇਆ ਵੈਸੇ ਸਰਕਾਰ ਨੇ ਗੱਲ ਸੀ। ਹਾਂਜੀ ਠੀਕ ਹੈ, ਮਾਨਸਾ ਦੇ ਵਿੱਚ ਕਿਹੜਾ ਹੋਰ ਕੋਈ ਸੈਂਟਰ ਨਹੀਂ ਬਣਦੇ ਸੀਗੇ ਜਿਹੜਾ ਚੱਕ ਕੇ ਮੋਹਾਲੀ ਤੋਂ। ਹਾਂਜੀ, ਪੇਪਰ ਦੇ ਕੇ ਆਏ ਹੋ, ਕਿਸ ਤਰ੍ਹਾਂ ਦਾ ਲੱਗਿਆ ਪੇਪਰ ਤੁਹਾਨੂੰ? ਪੇਪਰ ਦੇ ਕੇ ਬਹੁਤ ਵਧੀਆ ਲੱਗਿਆ ਜੀ, ਪੇਪਰ ਬਹੁਤ ਹੀ ਨੋਰਮਲ ਸੀ। ਈਜ਼ੀ ਸੀ, ਟਫ ਸੀ ਜਾਂ ਮੋਡਰੇਟ ਸੀਗਾ? ਆਪਾਂ ਈਜ਼ੀ ਵੀ ਨਹੀਂ ਕਹਿ ਸਕਦੇ, ਜੇ ਤਿਆਰੀ ਕਰੀ ਹੋਵੇ ਤਾਂ ਨੋਰਮਲ ਹੀ ਸੀ ਟੈਸਟ। ਅੱਛਾ ਜੀ, ਤੇ ਕੁਐਸਚਨ ਕਿਸ ਤਰ੍ਹਾਂ ਦੇ ਆਏ ਸੀ? ਕਿਹੜਾ ਪਾਰਟ ਸੌਖਾ ਲੱਗਿਆ? ਪਾਰਟ ਤਾਂ ਆਪਣਾ ਦੇਖਿਆ ਜਾਵੇ ਇਤਿਹਾਸ ਨਾਲ ਸੰਬੰਧਿਤ ਵੀ ਆਏ ਸੀ ਪੁਰਾਤਨ। ਹਾਂਜੀ, ਤੇ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਵੀ ਆਏ ਸੀ, ਕੰਪਿਊਟਰ ਦੇ ਵੀ ਆਏ ਸੀ। ਠੀਕ ਹੈ, ਨੋਰਮਲ ਹੀ ਆਏ ਸੀ ਸਭ। ਠੀਕ ਹੈ, ਥੋੜਾ ਜਿਹਾ ਮੈਥ ਟਫ ਸੀ। ਮੈਥ ਟਫ ਸੀਗਾ, ਤੇ ਬਾਕੀ ਕੁਐਸਚਨ ਕਿਸ ਤਰ੍ਹਾਂ ਦੇ ਸੀਗੇ ਹੋਰ ਪਾਰਟ ਚੋ? ਪੰਜਾਬੀ, ਇੰਗਲਿਸ਼, ਰੀਜ਼ਨਿੰਗ? ਇਹ ਸਭ ਨੋਰਮਲ ਸੀ, ਸਾਰੇ ਨੋਰਮਲ ਸੀਗੇ। ਤੇ ਮੈਰਿਟ ਕਿਸ ਤਰ੍ਹਾਂ, ਕੀ ਕਹਿ ਸਕਦੇ ਆ? 2,33,000 ਸਮਥਿੰਗ ਬੱਚਾ ਸੀਗਾ, ਤਾਂ ਕੀ ਕਹਿ ਸਕਦੇ ਆ ਵੀ ਕਿੱਥੇ ਕੇ ਰੈਂਕ ਕਰੇਗੀ ਮੈਰਿਟ? ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਟੋਟਲ ਕੁਐਸਚਨ ਕਿੰਨੇ ਅਟੈਂਪਟ ਕਰਕੇ ਆਏ ਤੁਸੀਂ?
चलो नेक्स्ट दे लई थोनू बहुत बहुत शुभकामनावां। ठीक है जी, बाय बाय। ठीक है, ते ट्रैफिक किन्ना सीगा रस्ते च? पेपर किस तरह दा रहा? सही सीगा, इजी सी, मॉडरेट सी जा टफ सी? मॉडरेट। अच्छा, ते केरा पोर्शन सब तो वधिया लग्या सोनू? मैथ, इंग्लिश, रीजनिंग, जीके, पंजाबी, ते इंटरेस्टिंग पार्ट केड़ा सी सब तो वधिया? रीजनिंग। रीजनिंग ते पंजाबी। अच्छा, होर बाकी देख रहे दर्शकां नू की सुझाव देना चाहोगे? अच्छा, प्रीता निकल गया, मेन दी तैयारी करके आए हो? हां जी, चलो ठीक है जी, थैंक यू। पेपर दे के आए हो ना पटवारी दा? ते सब तो पहला ता ये दसो भी पेपर टफ सी, इजी सी या मॉडरेट सीगा? मॉडरेट सीगा। ते केड़ा पार्ट सब तो सौखा लग गया? रीजनिंग दा, ते कंप्यूटर भी इजी सीगा। हां जी, ते ओदी विच ग्रामर पंजाबी बिल्कुल इजी आई सीगी। ठीक है, सारा कुछ मीडियम ही सीगा, कोई ज्यादा टफ नहीं सीगा जी। ते सब तो वधिया पोर्शन केड़ा लग गया कंप्यूटर दा? सारे क्वेश्चन वधिया सी। ते होर कोई एह जा जेड़ा सिलेबस सीगा तोड़े अकॉर्डिंग आया सी जा सिलेबस तो बाहर सीगा? सिलेबस अकॉर्डिंग ही सीगा। मैथ दे वास्ते टाइमिंग नहीं बची। अच्छा, मतलब की कह सकते हैं भी मैथ थोड़ा जा टफ सीगा? टफ नहीं सीगा जी, मीडियम सीगा, आंदा सी पर टाइमिंग घट सी। अच्छा, रफ शीट प्रोवाइड नहीं हुई सानू। ठीक है जी, रफ शीट प्रोवाइड नहीं, ओदी वजह नाल सानू थोड़ी दिक्कत होई। ते जेड़े चार पेज एडमिट कार्ड दे लेके गए सी उन्होंने बैक साइड ते कर सकदे सी वर्क? उन्हां ने सिर्फ जेड़ी सानू प्रश्न देओ सी ना। अच्छा, ते आउन लग्या किन्नी की परेशानी हुई? नहीं वधिया सी। जो तुसी चले हो पेपर देन दे लई, राज कोई मुश्किल आई? ना ना जी, कोई प्रॉब्लम नहीं आई। सही सी, शीट मिल गई सी। ठीक है, बाकी लोगों नू नहीं मिली सानू। अच्छा, ट्रैफिक दी बारे कुछ दसना चाहोगे भी किन्ना का ट्रैफिक सीगा? ट्रैफिक बहुत ही ज्यादा सी जी, अनलिमिटेड सी। ठीक है, ते जेडे कहंदे सीगे भी असीं आराम नाल पहुंच जांगे, उन्हां बारे की कहना चाहोगे? नहीं जी, होई तां धक्का मुक्की है सारिआं नाल। अच्छा, कोई भी एवें आराम नाल तां कोई भी नहीं पहुंचे। ठीक है, ते पानी वगैरा दी बोतल अंदर ले जाण दित्ती है? हां जी। ठीक है, ट्रांसपेरेंट ले जान दी है या दूसरी? पानी दी ट्रांसपेरेंट सीगी, अंदर पानी दी फैसिलिटी हैगी सीगी। चलो, ते कुछ होर सुझाव देना चाहोगे पटवारी दे पेपर बारे दर्शकां नू जेड़े देख रहे है? हां जी, ते मेनली प्रिपेयर रहो। ठीक है जी, ऑल द बेस्ट फॉर मेन एग्जाम। यस। ठीक है जी, थैंक यू सो मच। थैंक यू।